ਦੀਵਾਲੀ ਦਾ ਤਿਉਹਾਰ ਕੁਝ ਦਿਨਾਂ ਵਿੱਚ ਹੀ ਆਉਣ ਵਾਲਾ ਹੈ। ਇਸ ਦਿਨ ਨੂੰ ਰੋਸ਼ਨੀ ਦੇ ਤਿਉਹਾਰ ਨਾਲ ਵੀ ਜਾਣਿਆ ਜਾਂਦਾ ਹੈ। ਜਾਣਕਾਰੀ ਦਿੰਦੇ ਹੋਏ ਦੀਵੇ ਬਣਾਉਣ ਵਾਲੇ ਕਾਰੀਗਰ ਨੇ ਦੱਸਿਆ ਕਿ ਪਹਿਲਾਂ ਚਾਈਨੀਜ਼ ਲੜੀਆਂ ਕਾਰਨ ਇਸ ਕਾਰੋਬਾਰ ਨੂੰ ਕਾਫੀ ਨੁਕਸਾਨ ਹੋਇਆ ਹੈ ਅਤੇ ਹੁਣ ਪੰਜਾਬ ਵਿੱਚ ਵੱਧ ਰਹੀ ਮਹਿੰਗਾਈ ਨੇ ਇਸ ਦੀ ਕਮਰ ਤੋੜ ਦਿੱਤੀ ਹੈ, ਜਿਸ ਨਾਲ ਲੋਕ ਦੀਵੇ ਖਰੀਦਣ ਦੀ ਬਜਾਏ ਚਾਈਨੀਜ਼ ਲੜੀਆਂ ਖਰੀਦ ਰਹੇ ਹਨ। ਦੇਖੋ ਜੀ, ਕੰਮ ਤਾਂ ਇਹੀ ਜਮਾਂਦਰੂ ਸਾਡਾ ਕੰਮ ਹੈਗਾ ਏ, ਇਹ ਸਾਡੇ ਦਾਦੇ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਮਿੱਟੀ ਦਾ ਕੰਮ, ਇਹ ਸਾਡੀ ਬਰਾਦਰੀ ਪ੍ਰਜਾ ਪਤਲ ਲਈ ਕੰਮ ਹੁੰਦਾ ਏ। ਠੀਕ ਹੈ ਜੀ, ਇਹ ਜਿਹੜੇ ਅਸੀਂ ਮਿੱਟੀ ਦੇ ਦੀਵੇ ਬਣਾਉਂਦੇ ਨਾ, ਇਹ ਖਾਸ ਪੂਜਾ 'ਚ ਇਹੀ ਯੂਜ ਹੁੰਦੇ ਕਿਉਂਕਿ ਇਹ ਸੁੱਚੇ ਦੀਵੇ ਮੰਨੇ ਜਾਂਦੇ ਆ। ਔਰ ਅਸੀਂ ਤਾਂ ਲੋਕਾਂ ਨੂੰ ਇਹੀ ਸਹਿਯੋਗ ਕਰਾਂਗੇ ਕਿ ਵੀ ਅਸੀਂ ਜੋ ਮਿਹਨਤ ਨਾਲ ਦੀਵੇ ਬਣਾਉਂਦੇ ਮਿੱਟੀ ਦੇ, ਇਹੋ ਹੀ ਪ੍ਰਯੋਗ ਕੀਤੇ ਜਾਣ ਤਾਂ ਕਿ ਸਾਡੀ ਸੱਭਿਅਤਾ ਤੇ ਆਉਣ ਵਾਲੀ ਬੱਚਿਆਂ ਨੂੰ ਵੀ ਇਹ ਚੀਜ਼ ਦੀ ਨੌਲੇਜ ਹੋਵੇ ਕਿ ਆਖਿਰ ਅਸੀਂ ਕੱਚੇ ਦੀਵੇ ਕਿਉਂ ਜਗਾਉਂਦੇ। ਔਰ ਇਹ ਜਿਹੜੇ ਚਾਈਨਾ ਦੀ ਵਰਾਇਟੀ ਜਿੰਨੀ ਵੀ ਆ ਰਹੀ ਹੈ, ਇਹ ਤੁਹਾਨੂੰ ਪਤਾ ਹੈਗਾ ਵੀ ਜਿਹੜੀ ਯੂਜ਼ ਕੀਤੀਆਂ ਚੀਜ਼ਾਂ ਹੁੰਦੀਆਂ ਚਾਈਨਾ 'ਚ, ਉਹਨਾਂ ਦੀ ਹੀ ਇਹ ਬਣਾ ਕੇ ਅਤੇ ਆ ਸਾਡੇ ਭਾਰਤ ਵਿੱਚ ਭੇਜਿਆ ਜਾਂਦਾ ਮਾਲ, ਅਤੇ ਇਹਨਾਂ ਦਾ ਪਤਾ ਨਹੀਂ ਹੈਗਾ ਵੀ ਕੀ ਯੂਜ਼ ਕਰ ਦਿੰਦੇ ਆ, ਕੈਮੀਕਲ ਵਗੈਰਾ ਸਭ ਕੁਛ, ਅਤੇ ਇਹ ਸ਼ੁੱਧ ਨਹੀਂ ਮੰਨਿਆ ਜਾਂਦਾ। ਜਦਕਿ ਪੂਜਾ 'ਚ ਹਰ ਚੀਜ਼ ਸ਼ੁੱਧ ਇਸਤੇਮਾਲ ਕਰਨੀ ਚਾਹੀਦੀ। ਕਈ ਤਾਂ ਇਹੀ ਕਹਾਂਗੇ, ਦੇਖੋ ਜੀ, ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਚੀਜ਼ ਦੀ ਸਮਝ ਹੋਏਗੀ ਅਤੇ ਆਪਾਂ ਅੱਗੇ ਅਸੀਂ ਇਹ ਜਗਾਉਂਦੇ ਰਹਾਂਗੇ। ਅਤੇ ਹਾਂ, ਫਰਕ ਤਾਂ ਪੈਂਦਾ ਹੀ। ਦੇਖੋ, ਮਹਿੰਗਾਈ ਅਸੀਂ ਕੋਈ ਰੋਜ਼ ਦੀ ਰੋਜ਼ ਮਹਿੰਗਾਈ ਵੱਧਦੀ ਹੈ, ਅਸੀਂ ਸਾਲ ਬਾਅਦ ਕੰਮ ਕਰਨਾ ਹੁੰਦਾ, ਤੋ ਇੱਕਦਮ ਜਦੋਂ ਗ੍ਰਾਹਕ ਆਉਂਦਾ ਸਾਲ ਬਾਅਦ, ਉਹਨਾਂ ਨੇ ਇੱਕਦਮ ਝਟਕਾ ਜਿਹਾ ਲੱਗਦਾ ਵੀ ਮਾਲ ਮਹਿੰਗਾ ਬਹੁਤ ਹੈ। ਉਹ ਕਿਸ ਕਰਕੇ ਕਿ ਵੀ ਰੋਜ਼ ਦੀ ਰੋਜ਼ ਜੋ ਆਈਟਮ ਵੱਧਦੀ ਹੈ ਨਾ, ਸਾਲ ਬਾਅਦ ਉਹਦੇ 'ਚ ਬਹੁਤ ਡਿਫਰੈਂਟ ਆ ਜਾਂਦਾ, ਜਿਵੇਂ ਕਿ 10-20 ਰੁਪਈਏ 50 ਰੁਪਈਏ ਉਹ ਸਾਨੂੰ ਐਕਸਟਰਾ ਪੈ ਜਾਂਦੇ। ਇਸ ਕਰਕੇ ਗਾਹਕ ਕੁਛ ਇਤਰਾਜ਼ ਕਰ ਜਾਂਦੇ, ਕੋਈ ਘੱਟ ਮਾਲ ਲੈਂਦਾ ਜਾਂ ਲੋਕ ਪਿੱਛੇ ਹਟ ਜਾਂਦੇ, ਕਿਉਂਕਿ ਸਸਤੀਆਂ ਚੀਜ਼ਾਂ ਵੱਲ ਟ੍ਰੈਂਡ ਹੋ ਜਾਂਦਾ, ਘੱਟ ਪੈਸੇ ਬਚਦੇ ਆ, ਜ਼ਿਆਦਾ ਬਚਦੇ ਆ, ਉਹ ਵਰਤੋਂ 'ਚ ਆ ਜਾਂਦੀ ਚੀਜ਼। ਲੇਕਿਨ ਇਹ ਮਿੱਟੀ ਦੀ ਚੀਜ਼ ਸਾਲ ਬਾਅਦ ਹੀ ਕੰਮ ਆਉਣੀ ਹੈ।